ਸਿਫਾਰਿਸ਼ ਕਰਨ ਜਿੱਥੇ ਇਸ ਵਾਰੀ ਕਿਸਾਨਾਂ ਦੇ ਕਰਜ਼ੇ ਦੀ ਪੰਡ ਹੋਰ ਚੜ੍ਹ ਗਈ ਹੈ, ਉੱਥੇ ਨਾਲ ਹੀ ਇਸ ਵਾਰੀ ਮੁੜ ਕਿਸਾਨੀ ਕਰਜ਼ੇ ਤੋਂ ਬੋਝ ਹੇਠਾਂ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ। ਜੇਕਰ ਸਰਹੱਦੀ ਖੇਤਰ ਦੇ ਪਿੰਡ ਝਟਕੜਾ, ਮਰਾੜਾ, ਉੱਗਰਾਂ, ਕੋਹਲੀਆਂ, ਬਾਲਾ ਪਿੰਡੀ, ਈਸੇਪੁਰ, ਸ਼ੇਖਾਂ, ਮਗਰ ਮੁੰਡੀਆਂ, ਭਾਗੋ ਕਾਵਾ, ਧੂਤ ਆਦਿ ਪਿੰਡਾਂ ਦੇ ਕਿਸਾਨਾਂ ਦੀ ਕਣਕ ਦੀ ਫਸਲ ਲਗਭਗ ਸਾਰੀ ਭਾਰੀ ਬਰਸਾਤ ਕਾਰਨ ਤਬਾਹ ਹੋ ਗਈ ਹੈ। ਇਸ ਸੰਬੰਧੀ ਇਲਾਕੇ ਦੇ ਕਿਸਾਨ ਬਲਮੇਜ ਸਿੰਘ ਗੋੜਾ, ਸ਼ਰਤ ਕੁਮਾਰ ਸ਼ੰਮੀ, ਗੁਰਸ਼ਰਨ ਸਿੰਘ ਸੋਨੀ, ਸਰੂਪ ਸਿੰਘ ਠਾਕੁਰ, ਪੰਜਾਬ ਸਰਕਾਰ ਨੇ ਕਿਹਾ ਕਿ ਇਸ ਵਾਰੀ ਕਣਕ ਦੀ ਫਸਲ ਕੁਝ ਹੱਦ ਤੱਕ ਠੀਕ ਸੀ। ਕਿਸਾਨਾਂ ਨੂੰ ਆਸ ਸੀ ਕਿ ਇਸ ਵਾਰੀ ਕਣਕ ਦੀ ਫਸਲ ਚੰਗੀ ਹੋਣ ਨਾਲ ਉਹਨਾਂ ਦੇ ਕਰਜ਼ੇ ਦਾ ਬੋਝ ਕੁਝ ਦੂਰ ਹੋ ਜਾਵੇਗਾ ਅਤੇ ਉਹਨਾਂ ਨੂੰ ਕੁਝ ਰਾਹਤ ਮਿਲੇਗੀ, ਪਰ ਕੁਦਰਤ ਨੂੰ ਇਹ ਨਾ ਮਨਜ਼ੂਰ ਹੋਣ ਕਾਰਨ ਕਿਸਾਨਾਂ ਨੇ ਪ੍ਰਤੀ ਏਕੜ 10 ਤੋਂ 15 ਹਜ਼ਾਰ ਰੁਪਏ ਖਰਚਾ ਕਰਕੇ, ਜੋ ਕਿ ਸਾਰੇ ਖਰਚਾ ਕੀਤਾ ਹੋਇਆ ਸੀ, ਜੋ ਕਿ ਸਾਰੇ ਦਾ ਸਾਰਾ ਮਿੱਟੀ ਹੋ ਗਿਆ, ਜਿਸ ਕਾਰਨ ਕਿਸਾਨਾਂ ਨੂੰ ਹੋਰ ਕਰਜ਼ੇ ਦੀ ਮਾਰ ਹੇਠਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸੰਬੰਧੀ ਕਿਰਤੀ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਦੇਵ ਸਿੰਘ ਥੰਮਣ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੀ ਤਬਾਹ ਹੋਈ ਫਸਲ ਦੀ ਗਿਰਦਾਵਰੀ ਕਰਾ ਕੇ ਕਿਸਾਨਾਂ ਨੂੰ 30,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਅਸੀਂ ਸਰਕਾਰ ਕੋਲੋਂ ਇਸ ਸੰਬੰਧੀ ਮੰਗ ਕਰਦੇ ਹਾਂ ਕਿ ਜਲਦ ਕਿਸਾਨਾਂ ਦਾ ਬਣਦਾ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇ। ਜੇਕਰ ਸਰਕਾਰ ਨੇ ਇਸ ਮੁਸ਼ਕਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ। ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।